ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਇਸ ਪ੍ਰੋਗਰਾਮ 'ਚ ਹਰ ਰੋਜ਼ ਇੱਕ ਨਵਾਂ ਮੁੱਦਾ ਲੈ ਕੇ ਉਸ 'ਤੇ ਚਰਚਾ ਅਸੀਂ ਕਰਦੇ ਹਾਂ। ਅੱਜ ਅਸੀਂ ਜਿਸ ਮੁੱਦੇ 'ਤੇ ਚਰਚਾ ਕਰ ਰਹੇ ਹਾਂ ਉਹਦੇ ਪਿੱਛੇ ਪੰਜਾਬ ਦੇ ਸਿੱਖਿਆ ਮੰਤਰੀ ਦਾ ਇੱਕ ਬਿਆਨ ਹੈ। ਪੰਜਾਬ ਦੇ ਸਿੱਖਿਆ ਮੰਤਰੀ OP ਸੋਨੀ ਹੋਰਾਂ ਨੇ ਕਿਹਾ, ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ, ਮੁੱਖ ਮੰਤਰੀ ਦੇ ਹਵਾਲੇ ਨਾਲ, ਕਿ ਮੁੱਖ ਮੰਤਰੀ ਨੇ ਮੈਨੂੰ ਕਿਹਾ ਕਿ ਜਿਨ੍ਹਾਂ ਦਾ ਰਿਜ਼ਲਟ, ਜਿਹੜੇ ਅਧਿਆਪਕਾਂ ਦਾ ਰਿਜ਼ਲਟ ਇਸ ਵਾਰ ਮਾੜਾ ਹੈ, ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ। ਇਹ ਉਹਨਾਂ ਨੇ ਕਿਹਾ ਔਰ ਇਹ ਉਦੋਂ ਆਇਆ ਜਦੋਂ 10ਵੀਂ ਦਾ ਰਿਜ਼ਲਟ ਆਇਆ, ਅਤੇ ਖਾਸ ਤੌਰ 'ਤੇ ਜਦੋਂ ਆਪੋਜੀਸ਼ਨ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਇਹ ਮਸਲਾ ਉਠਾਇਆ ਕਿ ਇੱਕ ਪਾਸੇ ਸਾਡੇ ਮੁੱਖ ਮੰਤਰੀ ਚਾਈਨੀਜ਼ ਸਿਖਾਉਣ ਦੀ ਗੱਲ ਕਰ ਰਹੇ ਨੇ, ਉੱਥੇ ਪੰਜਾਬੀ ਦੇ ਵਿੱਚ ਤਾਂ 27,000 ਬੱਚੇ ਫੇਲ ਨੇ, 33% ਨੰਬਰ ਵੀ ਨਹੀਂ ਲੈ ਸਕੇ, ਅਤੇ ਓਵਰਆਲ ਰਿਜ਼ਲਟ ਜਿਹੜਾ 10ਵੀਂ ਦਾ ਉਹ ਵੀ ਕੋਈ ਜ਼ਿਆਦਾ ਤਸੱਲੀ ਬਖਸ਼ ਨਹੀਂ। 3,68,295 ਬੱਚੇ ਇਸ ਵਾਰ 10ਵੀਂ ਦੇ ਇਮਤਿਹਾਨਾਂ 'ਚ ਬੈਠੇ ਸੀ ਅਤੇ 1,59,260 ਬੱਚੇ ਫੇਲ ਹੋ ਗਏ ਉਹਦੇ 'ਚ। ਔਰ ਇਸ ਵਾਰ ਤਾਂ ਕਮਾਲ ਇਹ ਹੋਈ ਕਿ ਜਿਹੜੇ ਨੇ ਕੁੜੀਆਂ ਵੀ ਕੋਈ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਦਿਖਾ ਸਕੀਆਂ, ਸਿਰਫ 69% ਕੁੜੀਆਂ ਜਿਹੜੀਆਂ ਪਾਸ ਹੋਈਆਂ ਅਤੇ 52% ਮੁੰਡੇ ਪਾਸ ਹੋਏ। ਤੋ ਜੇ ਅਸੀਂ ਰਿਜ਼ਲਟ ਨੂੰ ਓਵਰਆਲ ਦੇਖੀਏ ਤਾਂ ਬਹੁਤ ਕਈ ਜ਼ਿਲ੍ਹੇ ਤਾਂ ਐਸੇ ਨੇ ਜਿਨ੍ਹਾਂ ਦਾ ਰਿਜ਼ਲਟ ਬਹੁਤ ਮਾੜਾ ਹੈ, ਜਿਵੇਂ ਤਰਨ ਤਾਰਨ ਸਾਰਾ 33% ਰਿਜ਼ਲਟ ਆਇਆ, ਫਿਰੋਜ਼ਪੁਰ 'ਚ 52% ਜਿਹੜਾ ਰਿਜ਼ਲਟ ਆਇਆ। ਅਤੇ ਜੇ ਅਸੀਂ ਸਕੂਲਾਂ ਦੇ ਦੇਖੀਏ, ਐਫੀਲੇਟਡ ਜਿਹੜੇ ਸਕੂਲ ਨੇ ਉਹ 63% ਉਹਨਾਂ ਦਾ ਰਿਜ਼ਲਟ ਰਿਹਾ, ਲੇਕਿਨ ਸਰਕਾਰੀ ਸਕੂਲ ਬਹੁਤ ਮਾੜੇ ਰਹੇ, 57% ਸਾਰਾ ਰਿਜ਼ਲਟ ਹੈ। ਲੇਕਿਨ ਉਸ ਤੋਂ ਮਾੜੇ ਜਿਹੜਾ ਨਤੀਜੇ ਦਿਖਾਏ ਨੇ ਉਹ ਏਡਿਡ ਸਕੂਲਾਂ ਨੇ, ਸਿਰਫ 49%। ਸੋ ਜਦੋਂ ਓਵਰਆਲ ਰਿਜ਼ਲਟ ਦੇਖਿਆ ਤਾਂ ਸਿੱਖਿਆ ਮੰਤਰੀ ਦੇ ਬਿਆਨ 'ਤੇ ਚਰਚਾ ਕਰਨੀ ਬਣਦੀ ਸੀ ਕਿ ਇਹਦਾ ਇਹਦੀ ਮਤਲਬ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਰਿਜ਼ਲਟ ਮਾੜੇ ਆ ਰਹੇ ਨੇ ਇਹਦੀ ਜ਼ਿੰਮੇਵਾਰੀ ਅਧਿਆਪਕਾਂ 'ਤੇ ਆਉਣੀ ਚਾਹੀਦੀ ਹੈ। ਸੋ ਅਧਿਆਪਕ ਸਜ਼ਾ ਦੇ ਹੱਕਦਾਰ ਨੇ ਕਿਉਂਕਿ ਉਹਨਾਂ ਦੇ ਨਤੀਜੇ ਮਾੜੇ ਨੇ। ਦੂਜੇ ਪਾਸੇ ਅਧਿਆਪਕਾਂ ਦੇ ਜਥੇਬੰਦੀਆਂ, ਉਹਨਾਂ ਦੇ ਲੀਡਰ ਕਹਿ ਰਹੇ ਨੇ ਕਿ ਸਾਡਾ ਇਹਦੇ 'ਚ ਕੀ ਕਸੂਰ ਹੈ, ਜਿਹੜੇ ਸਰਕਾਰੀ ਸਕੂਲਾਂ 'ਚ ਬੱਚੇ, ਗਰੀਬਾਂ ਦੇ ਬੱਚੇ ਪੜ੍ਹਦੇ ਨੇ, ਔਰ ਹੋਰ ਬਹੁਤ ਸਾਰੀਆਂ ਗੱਲਾਂ ਕਿ ਸਾਨੂੰ ਵਾਧੂ ਕੰਮ ਦਿੱਤੇ ਜਾਂਦੇ ਨੇ, ਇਹ ਸਾਰੇ 'ਤੇ ਅਸੀਂ ਚਰਚਾ ਕਰਨ ਲਈ ਅੱਜ ਆਪਣੇ ਜਿਹੜੇ ਸਟੂਡੀਓ ਦੇ ਵਿੱਚ ਕੁਛ ਮਾਹਰ ਵਿਦਵਾਨ ਬੁਲਾਏ ਨੇ। ਮੇਰੇ ਨਾਲ ਪ੍ਰਕਾਸ਼ ਕੌਰ ਬੈਠੇ ਨੇ। ਪ੍ਰਕਾਸ਼ ਕੌਰ ਜੀ ਸਾਬਕਾ ਸਿੱਖਿਆ ਅਫਸਰ ਰਹੇ ਨੇ, ਬੜੇ ਲੰਬੇ ਸਮੇਂ ਤੱਕ ਇਹਨਾਂ ਨੇ ਸੇਵਾ ਕੀਤੀ ਹੈ ਔਰ ਇਹਨਾਂ ਦਾ ਕਾਫੀ ਤਜਰਬਾ ਹੈ। ਔਰ ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਡਾਕਟਰ ਕੇਰ ਸਿੰਘ, ਜਿਹੜੇ ਕਾਫੀ ਸਮੇਂ ਤੱਕ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਰਹੇ ਨੇ, ਔਰ ਨਾਲ ਸਾਡੇ ਸਿੱਖਿਆ ਮੰਡਲ ਅਫਸਰ ਸਰਦਾਰ ਮਨਜੀਤ ਸਿੰਘ ਚਹਿਲ ਨੇ। ਸੋ ਤੁਹਾਡਾ ਸਭ ਦਾ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਮੈਡਮ ਪ੍ਰਕਾਸ਼ ਕੌਰ, ਮੈਂ ਤੁਹਾਡੇ ਤੋਂ ਇਸ ਕਰਕੇ ਗੱਲ ਸ਼ੁਰੂ ਕਰਦਾ, ਤੁਸੀਂ ਪੜ੍ਹਾਇਆ ਵੀ, ਤੁਸੀਂ ਸਿੱਖਿਆ ਅਫਸਰ ਵੀ ਰਹੇ, ਇਹ ਜਿਹੜਾ ਸਾਡੇ ਸਿੱਖਿਆ ਮੰਤਰੀ ਨੇ ਇੱਕ ਨਵਾਂ ਬਿਆਨ ਦਿੱਤਾ, ਇਹਦੇ ਨਾਲ ਹਲਚਲ ਹੋ ਗਈ ਕਿ ਜੀ ਜਿਹੜੇ ਟੀਚਰਸ ਨੇ ਇਹਨਾਂ ਨੂੰ ਅਸੀਂ ਜ਼ਿੰਮੇਵਾਰ ਮੰਨਦੇ ਹਾਂ, ਰਿਜ਼ਲਟ ਮਾੜੇ ਦੇ ਇਹਨਾਂ ਨੂੰ ਸਜ਼ਾ ਦੇਵਾਂਗੇ, ਕਿੱਥੋਂ ਤੱਕ ਸਹੀ ਹੈ ਸਿੱਖਿਆ ਮੰਤਰੀ ਦਾ ਕਹਿਣਾ? ਸਿੱਖਿਆ ਮੰਤਰੀ ਜੀ ਨੇ ਜੋ ਬਿਆਨ ਦਿੱਤਾ ਹੈ ਉਹਦੇ ਨਾਲ ਇਹ ਚਾਹੀਦਾ ਸੀ ਕਿ ਪਹਿਲੇ ਅਧਿਆਪਕਾਂ ਨੂੰ ਆਪਣੀ ਪੋਲਿਸੀ ਦੱਸੀ ਜਾਵੇ ਕਿ ਅਸੀਂ ਕਿਸ ਪੋਲਿਸੀ ਨਾਲ ਪੜ੍ਹਾਉਣਾ ਚਾਹੁੰਦੇ ਹਾਂ। ਇਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਮੁੱਢਲੀਆਂ ਸਹੂਲਤਾਂ ਪੂਰੀਆਂ ਹਨ? ਜੇ ਉਹ ਪੂਰੀਆਂ ਹਨ, ਅਸੀਂ ਉਹਨਾਂ ਦੀ ਹਰ ਸਹੂਲਤ ਜਿਹੜੀ ਪੂਰੀ ਕਰਦੇ ਹਾਂ, ਜਿਸ ਤਰ੍ਹਾਂ ਬੱਚਿਆਂ ਨੂੰ ਜੋ ਕਿਤਾਬਾਂ ਮਿਲਦੀਆਂ ਉਹ ਵੀ ਸਮੇਂ ਸਿਰ ਮਿਲਣੀਆਂ ਚਾਹੀਦੀਆਂ, ਇਸ ਤੋਂ ਇਲਾਵਾ ਹੋਰ ਜੋ ਵਜ਼ੀਫੇ ਮਿਲਦੇ, ਜੋ ਵੀ ਸਹੂਲਤਾਂ ਮਿਲਦੀਆਂ ਸਰਕਾਰੀ ਸਕੂਲਾਂ ਵਿੱਚ, ਉਹ ਸਮੇਂ ਸਿਰ ਨਹੀਂ ਪਹੁੰਚਦੀਆਂ। ਇਸ ਕਰਕੇ ਅਧਿਆਪਕ ਤੇ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਪੜ੍ਹਾ ਨਹੀਂ ਸਕਦੇ, ਇਸੇ ਕਰਕੇ ਕਿ ਉਹਨਾਂ ਕੋਲ ਹੈ ਹੀ ਕੁਛ ਨਹੀਂ, ਬੈਠਣ ਲਈ ਵੀ ਜਗ੍ਹਾ ਨਹੀਂ ਹੈ, ਪੀਣ ਵਾਸਤੇ ਪਾਣੀ ਦੀ ਵੀ ਕਮੀ ਹੈ। ਮੈਂ ਤਾਂ ਤਕਰੀਬਨ ਬਹੁਤ ਸਾਰੇ ਸਕੂਲ ਦੇਖੇ ਜਿੱਥੇ ਪਾਣੀ ਵੀ ਨਹੀਂ ਹੁੰਦਾ। ਇਹ ਸਾਰੀਆਂ ਸਹੂਲਤਾਂ ਜੇ ਪੂਰੀਆਂ ਕਰਦੀ ਹੈ ਸਰਕਾਰ, ਟੀਚਰਾਂ ਦੀ ਘਾਟ ਨੂੰ ਪੂਰਾ ਕਰਦੀ ਹੈ। ਜੇ ਟੀਚਰ ਫਿਰ ਨਹੀਂ ਪੜ੍ਹਾਉਂਦੇ ਫਿਰ ਉਹ ਸਜ਼ਾ ਦੇ ਹੱਕਦਾਰ ਹੈ, ਜੇ ਉੱਥੇ ਕੁਛ ਵੀ ਨਹੀਂ ਹੈ ਤਾਂ ਫਿਰ ਇਕੱਲੇ ਟੀਚਰ ਇਹਦੇ ਲਈ ਜ਼ਿੰਮੇਵਾਰ ਨਹੀਂ, ਸਰਕਾਰ ਵੀ ਓਨੀ ਹੀ ਜ਼ਿੰਮੇਵਾਰ ਹੈ ਜਿੰਨੇ ਟੀਚਰ ਜ਼ਿੰਮੇਵਾਰ ਹੈ। ਮੈਂ ਤੁਹਾਡਾ ਇਹ ਕਹਿਣਾ ਹੈ ਕਿ ਸਰਕਾਰ ਪਹਿਲਾਂ ਸਾਰੀਆਂ ਸਹੂਲਤਾਂ ਦੇਵੇ, ਫਿਰ ਉਹਨਾਂ ਨੂੰ ਜਿਹੜੇ ਅਕਾਊਂਟੇਬਿਲਟੀ ਬਣਾਵੇ ਅਤੇ ਫਿਰ ਉਹ ਸਜ਼ਾ ਦੇ ਹੱਕਦਾਰ ਨੇ। ਡਾਕਟਰ ਕੇਰ ਸਿੰਘ, ਤੁਸੀਂ ਕੀ ਕਹੋਗੇ ਸਾਰੀ ਗੱਲ 'ਚ? ਜਿਸ ਤਰ੍ਹਾਂ ਇਹ ਮੈਮ ਕਹਿ ਰਹੇ ਸੀ, ਮੈਨੂੰ ਇਹ ਸਾਰੀਆਂ ਹੀ ਗੱਲਾਂ ਇਹਨਾਂ ਦੀਆਂ ਠੀਕ ਲੱਗਦੀਆਂ ਜੀ, ਕਿ
ਆਪਾਂ ਉਹਨਾਂ ਦੀ ਜ਼ਿੰਮੇਵਾਰੀ ਨਿਸ਼ਚਿਤ ਕਰਨਾ ਚਾਹੁੰਦੇ ਅਧਿਆਪਕਾਂ ਦੀ, ਪਰ ਕੀ ਉਹਨਾਂ ਕੋਲ ਸਾਰੀਆਂ ਸਹੂਲਤਾਂ ਹਨ? ਅਸੀਂ ਇਹ ਵੀ ਦੇਖਣਾ ਹੈ ਕਿ ਜਿਸ ਸਮਾਜਿਕ ਪਿਛੋਕੜ 'ਚੋਂ ਬੱਚੇ ਸਰਕਾਰੀ ਸਕੂਲਾਂ ਵਿੱਚ ਆ ਰਹੇ ਹੈ ਜੀ, ਉਹਨਾਂ ਦਾ ਪਰਿਵਾਰਕ ਪਿਛੋਕੜ ਕੀ ਹੈ, ਕੀ ਪਰਿਵਾਰ 'ਚ ਉਹਨਾਂ ਨੂੰ ਅਗਵਾਈ ਮਿਲਦੀ ਹੈ ਕਿ ਨਹੀਂ ਮਿਲਦੀ, ਉਹਨਾਂ ਦਾ ਆਰਥਿਕ ਸਟੇਟਸ ਕੀ ਹੈ, ਇਹ ਗੱਲਾਂ ਜੇ ਧਿਆਨ 'ਚ ਨਹੀਂ ਰੱਖਾਂਗੇ ਤਾਂ ਸਿਰਫ ਅਸੀਂ ਨਜ਼ਲਾ ਟੀਚਰ 'ਤੇ ਝਾੜਾਂਗੇ। ਇਹ ਗੱਲਾਂ ਸਾਰੀਆਂ ਹੀ ਠੀਕ ਕਹਿ ਰਹੇ ਹੈ, ਪਰ ਮੈਂ ਨਾਲ ਦੀ ਨਾਲ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਕੋਈ ਵੀ ਸੇਵਾ ਭਾਵੇਂ ਹੋਵੇ, ਕੋਈ ਵੀ ਸਰਵਿਸ ਹੋਵੇ, ਉਹਦੇ ਵਿੱਚ ਜ਼ਿੰਮੇਵਾਰੀ ਜੋ ਇੰਪਲੋਈ ਹੁੰਦਾ ਉਹਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਜ਼ਰੂਰ ਹੈ, ਕਿਉਂਕਿ ਜਿਹੜਾ ਵੀ ਕੰਮ ਉਹਨੂੰ ਸੌਂਪਿਆ ਜਾਂਦਾ ਹੈ ਉਹ ਕੰਮ ਠੀਕ ਢੰਗ ਨਾਲ ਕਰ ਰਿਹਾ ਕਿ ਨਹੀਂ ਕਰ ਰਿਹਾ। ਜੇ ਉਹ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਤਾਂ ਉਹਦੇ ਉੱਪਰ ਐਕਸ਼ਨ ਲੈਣਾ ਬਣਦਾ ਹੈ। ਉਹ ਐਕਸ਼ਨ ਜੇ ਨਹੀਂ ਲਵਾਂਗੇ ਤਾਂ ਇਹਦਾ ਮਤਲਬ ਹੈ ਕਿ ਸਾਡੀ ਕਿਸੇ ਤਰ੍ਹਾਂ ਦੀ ਰਿਸਪੋਂਸੀਬਿਲਿਟੀ ਜਾਂ ਅਕਾਊਂਟੇਬਿਲਿਟੀ ਜਿਹੜੀ ਆ ਉਹ ਨਹੀਂ ਰਹੇਗੀ। ਕਿਸੇ ਵੀ ਸਰਵਿਸ 'ਚ ਤੁਸੀਂ ਦੇਖ ਲਓ, ਹਰ ਥਾਂ ਅਕਾਊਂਟੇਬਿਲਿਟੀ ਜ਼ਰੂਰ ਹੁੰਦੀ ਹੈ। ਪ੍ਰਾਈਵੇਟ ਅਦਾਰਿਆਂ 'ਚ ਅਕਾਊਂਟੇਬਿਲਿਟੀ ਦਾ ਆਧਾਰ ਹੋਰ ਹੁੰਦਾ ਹੈ, ਸਰਕਾਰੀ ਅਦਾਰਿਆਂ ਦੇ ਵਿੱਚ ਅਕਾਊਂਟੇਬਿਲਿਟੀ ਹੋਰ ਤਰ੍ਹਾਂ ਦੀ ਹੁੰਦੀ ਹੈ। ਹੁਣ ਇਹ ਹੈ ਜਿਸ ਤਰ੍ਹਾਂ ਇਹ ਮੈਮ ਕਹਿ ਰਹੇ ਸੀਗੇ ਕਿ ਅਕਾਊਂਟੇਬਿਲਿਟੀ ਤਾਂ ਜ਼ਰੂਰ ਹੋਏ, ਪਰ ਪੂਰੀਆਂ ਸਹੂਲਤਾਂ ਦੇਣ ਤੋਂ ਬਾਅਦ ਹੀ ਅਕਾਊਂਟੇਬਿਲਿਟੀ ਨਿਸ਼ਚਿਤ ਕੀਤੀ ਜਾ ਸਕਦੀ ਹੈ। ਔਰ ਦੂਸਰਾ ਇਹ ਹੈ ਕਿ ਅਕਾਊਂਟੇਬਿਲਿਟੀ ਜਿਹੜੀ ਹੈ ਜਿਸ ਤਰ੍ਹਾਂ ਬਾਕੀ ਡਿਪਾਰਟਮੈਂਟਸ ਦੇ ਵਿੱਚ ਹੈ, ਸਰਕਾਰੀ ਬਾਕੀ ਡਿਪਾਰਟਮੈਂਟਸ ਜਿਸ ਤਰ੍ਹਾਂ ਅਕਾਊਂਟੇਬਿਲਿਟੀ ਨਿਸ਼ਚਿਤ ਕੀਤੀ ਜਾਂਦੀ ਹੈ, ਉਸ ਉਹੀ ਮਿਆਰ ਉਹੀ ਕ੍ਰਾਈਟੀਰੀਆ ਇੱਥੇ ਲਾਗੂ ਹੋਣਾ ਚਾਹੀਦਾ ਹੈ, ਨਾ ਕਿ ਇੱਥੇ ਵੱਖਰੀ ਕਿਸਮ ਦਾ ਕੋਈ ਆਪਾਂ ਮਿਆਰ ਲਾਗੂ ਕਰ ਦਈਏ। ਡਾਕਟਰ ਸਾਹਿਬ, ਇਹਦੇ 'ਚ ਮੈਂ ਤੁਹਾਨੂੰ ਰੋਕ ਕੇ ਗੱਲ ਪੁੱਛਣਾ ਚਾਹੁੰਦਾ ਵੀ ਏਡਡ ਸਕੂਲਾਂ ਦਾ ਰਿਜ਼ਲਟ ਤਾਂ ਉਦੋਂ ਵੀ ਮਾੜਾ, ਏਡਡ ਸਕੂਲ ਨੂੰ ਤਾਂ ਸਰਕਾਰੀ ਸਕੂਲ ਤੋਂ ਥੋੜ੍ਹਾ ਵੱਖਰਾ, ਉਹਨਾਂ ਕੋਲ ਤਾਂ ਸਹੂਲਤਾਂ ਹੁੰਦੀਆਂ ਨੇ ਜੀ, ਕਿਉਂਕਿ ਮੈਨੇਜਮੈਂਟ ਕੋਲ ਵੀ ਹੁੰਦਾ ਅਤੇ ਏਡ ਸਰਕਾਰ ਦਿੰਦੀ ਹੈ, ਉੱਥੇ ਵੀ ਇਹ ਕੁਛ ਹੋ ਰਿਹਾ। ਤੁਸੀਂ ਇਹ ਬਿਲਕੁਲ ਠੀਕ ਕਹਿ ਰਹੇ ਹੋ ਕਿ ਇਹ ਅਸੰਗਤੀ ਹੈ ਜੀ। ਏਡਡ ਸਕੂਲਾਂ ਨੂੰ ਸਰਕਾਰ 95% ਏਡ ਦਿੰਦੀ ਹੈ, ਪਰ ਉਹਨਾਂ ਦੀ ਅਕਾਊਂਟੇਬਿਲਿਟੀ ਐਸ ਸੱਚ ਕੋਈ ਨਹੀਂ, ਚਾਹੇ ਰਿਜ਼ਲਟ ਮਾੜਾ, ਨਾ ਉਹਨਾਂ ਦੀ ਕੋਈ ਬਦਲੀ ਹੋ ਸਕਦੀ ਹੈ, ਨਾ ਕੋਈ ਉਹਨਾਂ ਦੇ ਕੰਟਰੋਲ, ਜਿਹੜਾ ਉਹ ਪ੍ਰਾਈਵੇਟ ਅਦਾਰਿਆਂ ਦੇ ਕੋਲ ਹੀ ਹੁੰਦਾ ਹੈ, ਸਰਕਾਰ ਦਾ ਉੱਤੇ ਕੋਈ ਕੰਟਰੋਲ ਨਹੀਂ ਹੁੰਦਾ। ਗੱਲ ਮੁੱਢਲੀ ਵਾਲੀਆ ਸਾਹਿਬ ਇਹ ਹੈ ਵੀ ਜਿਹੜੇ ਡਾਇਰੈਕਟਲੀ ਗੌਰਮੈਂਟ ਦੇ ਇੰਪਲੋਈ ਹੈ, ਸਰਕਾਰ ਤਾਂ ਉਹਨਾਂ 'ਤੇ ਹੀ ਐਕਸ਼ਨ ਲੈ ਸਕਦੀ, ਹੋਰਾਂ 'ਤੇ ਐਕਸ਼ਨ ਨਹੀਂ ਲੈ ਸਕਦੀ। ਸੋ ਇਸ ਕਰਕੇ ਉਹ ਜਦੋਂ ਸਰਕਾਰ ਗੱਲ ਕਰਦੀ ਹੈ ਵੀ ਇਹਨਾਂ ਦੀ ਜ਼ਿੰਮੇਵਾਰੀ ਨਿਸ਼ਚਿਤ ਹੋਣੀ ਚਾਹੀਦੀ ਹੈ, ਜ਼ਿੰਮੇਵਾਰੀ ਨਿਸ਼ਚਿਤ ਕਰਨ ਦਾ ਕੋਈ ਨਾ ਕੋਈ ਵਿਗਿਆਨਕ ਢੰਗ ਤਰੀਕਾ ਜ਼ਰੂਰ ਹੋਣਾ ਚਾਹੀਦਾ ਹੈ। ਜਦੋਂ ਅਸੀਂ ਜ਼ਿੰਮੇਵਾਰੀ ਨਿਸ਼ਚਿਤ ਕਰਦੇ ਹਾਂ ਤਾਂ ਨਾਲ ਸਾਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜਿਸ ਨੂੰ ਅਸੀਂ ਜ਼ਿੰਮੇਵਾਰ ਬਣਾ ਰਹੇ ਹਾਂ ਕਿ ਅਸੀਂ ਉਹਨੂੰ ਸਾਰੀਆਂ ਸਹੂਲਤਾਂ ਦੇ ਰਹੇ ਹਾਂ ਜੀ। ਜਦੋਂ ਅਸੀਂ ਉਹਨਾਂ ਨੂੰ ਸਹੂਲਤਾਂ ਹੀ ਨਹੀਂ ਦੇ ਰਹੇ ਤਾਂ ਫਿਰ ਉਹਨਾਂ 'ਤੇ ਜ਼ਿੰਮੇਵਾਰੀ ਅਸੀਂ ਕਿਉਂ ਆਦ ਕਰੀਏ? ਜਿਸ ਤਰ੍ਹਾਂ ਇਹਨਾਂ ਨੇ ਮੈਡਮ ਨੇ ਪਹਿਲਾਂ ਵੀ ਗੱਲ ਕਹੀ ਸੀ ਕਿ ਹੁਣ ਕੁਛ ਸਕੂਲਾਂ ਦੇ ਵਿੱਚ ਅਧਿਆਪਕ ਹੀ ਪੂਰੇ ਨਹੀਂ ਹਨ, ਜਦੋਂ ਉਹ ਅਧਿਆਪਕ ਪੂਰੇ ਨਹੀਂ ਤੇ ਉਹ ਸਾਰਾ ਵਰਾ ਬੱਚਿਆਂ ਨੂੰ ਪੜ੍ਹਾ ਹੀ ਨਹੀਂ ਸਕਦੇ, ਉਹਨਾਂ ਨੂੰ ਅਗਵਾਈ ਨਹੀਂ ਦੇ ਸਕਦੇ, ਤਾਂ ਫਿਰ ਉਹਨਾਂ ਦੀ ਜ਼ਿੰਮੇਵਾਰੀ ਕਿਵੇਂ ਨਿਸ਼ਚਿਤ ਕੀਤੀ ਜਾ ਸਕਦੀ? ਇੱਕ ਮੈਂ ਸਿਰਫ ਵਾਲੀਆ ਸਾਹਿਬ ਨਿੱਕੀ ਜੀ ਗੱਲ ਹੋਰ ਕਰ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਨਤੀਜਿਆਂ ਨਾਲ ਜੋੜਨ ਦੀ ਜਿਹੜੀ ਗੱਲ ਹੈ ਨਾ, ਆ ਕੇ 10ਵੀਂ ਦੀ ਸ਼ੁਰੂ ਕਰਦੇ ਹੋ, ਨੀਤੀ ਤੁਹਾਡੀ ਹੈ ਕਿ 8ਵੀਂ ਤੱਕ ਕਿਸੇ ਨੂੰ ਤੁਸੀਂ ਫੇਲ ਨਹੀਂ ਕਰਨਾ। ਹੁਣ ਜਿਸ ਢੰਗ ਨਾਲ ਪਹਿਲੀ ਤੋਂ ਲੈ ਕੇ 8ਵੀਂ ਤੱਕ ਅਸੀਂ ਬੱਚਿਆਂ ਨੂੰ ਪ੍ਰਮੋਟ ਕਰਦੇ ਹਾਂ, ਉਹਨਾਂ ਦੀ ਕੋਈ ਫੇਲਿਅਰ ਨਹੀਂ ਗਈ। ਫਿਰ 9ਵੀਂ ਵੀ ਇੰਟਰਨਲ ਐਗਜ਼ਾਮ ਹੈ ਸਾਡਾ, ਉਹ ਵੀ ਇਹਨੇ ਵੇ ਉਹ ਇੰਟਰਨਲ ਆ, ਉੱਥੇ ਵੀ ਅਸੀਂ ਬਹੁਤ ਫੇਲ ਕਰਦੇ, 10ਵੀਂ 'ਚ ਜਾ ਕੇ ਅਸੀਂ ਝਾਰਨਾ ਲਾਉਂਦੇ ਹਾਂ। ਸਾਨੂੰ ਇਹ ਵੀ ਦੇਖਣਾ ਪੈਣਾ ਹੈ ਕਿ ਸਿਰਫ ਤੇ ਸਿਰਫ 10ਵੀਂ 'ਤੇ ਆ ਕੇ ਇਹੋ ਜਿਹੀ ਗੱਲ ਨਾ ਕਰੋ, ਇਹਦੇ ਬਾਰੇ ਪਹਿਲਾਂ ਵੀ ਕੋਈ ਤੁਹਾਨੂੰ ਸੋਚਣਾ ਪੈਣਾ, ਤਾਂ ਹੀ ਇਹਦਾ ਕੋਈ ਨਾ ਕੋਈ ਵਿਗਿਆਨਕ ਢੰਗ ਜੀ ਨਿਕਲ ਸਕਦਾ। ਚਹਿਲ ਸਾਹਿਬ, ਬਹੁਤ ਜਿਹੜੇ ਨੁਕਤੇ ਡਾਕਟਰ ਕੇਰ ਸਿੰਘ ਹੋਰਾਂ ਨੇ ਰੱਖੇ ਨੇ, ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਜਿਹੜੀ ਅਕਾਊਂਟੇਬਿਲਿਟੀ ਜਾਂ ਜ਼ਿੰਮੇਵਾਰੀ ਜਿਹੜੀ ਨਿਸ਼ਚਿਤ ਕਰਨ ਦੀ ਗੱਲ ਕੀਤੀ ਹੈ, ਕੀ ਟੀਚਰ ਜ਼ਿੰਮੇਵਾਰ ਹੈ ਸਾਰੀ ਗੱਲ ਦਾ? ਤੁਸੀਂ ਤਾਂ ਜਿਵੇਂ ਟੀਚਰ ਨੂੰ ਪੜ੍ਹਾਉਂਦੇ ਰਹੇ ਹੋ, ਤੁਹਾਡੇ ਅੰਡਰ ਤਾਂ ਕਈ ਡਿਸਟ੍ਰਿਕਟ ਸੀ, ਕੀ ਸਮਝਦੇ ਹੋ ਸਾਰੀ ਗੱਲ? ਵਾਲੀਆ ਸਾਹਿਬ, ਡਾਕਟਰ ਸਾਹਿਬ ਨੇ ਔਰ ਪ੍ਰਕਾਸ਼ ਕੌਰ ਜੀ ਨੇ ਜਿਸ ਗੱਲ ਵੱਲ ਸਾਡਾ ਧਿਆਨ ਆਕਰਸ਼ਿਤ ਕੀਤਾ ਹੈ ਜੀ, ਉਹ ਵਾਕਈ ਉਸ ਨਾਲ ਤਾਂ ਮੈਂ ਸਹਿਮਤ ਹਾਂ, ਉੱਥੇ ਗੱਲ ਕਰਨ ਦੀ ਗੁੰਜਾਇਸ਼ ਘੱਟ ਰਹੀ ਹੈ ਜੀ। ਸਾਡਾ ਜਿਹੜਾ ਹੈ ਇਨਫਰਾਸਟਰਕਚਰ ਅਤੇ ਟੀਚਰ ਅਤੇ ਅਧਿਆਪਕ ਅਤੇ ਵਿਦਿਆਰਥੀ, ਇਹ ਸਾਰਾ ਸਮੁੱਚਾ ਪ੍ਰਸ਼ਾਸਨ ਜਿਹੜਾ ਸਿੱਖਿਆ ਦਾ ਹੈ, ਇਹ ਸਾਰੇ ਮਿਲ ਕੇ ਇਸ ਕੰਮ ਨੂੰ ਸਿਰੇ ਚੰਗੀ ਤਰ੍ਹਾਂ ਸੁਧਾਰ ਵੱਲ ਲਿਜਾ ਸਕਦੇ ਨੇ।
तो इस तो अलावा मैं इस गल नाल सहमत भी हाँ। मैं बहुत सारे अहुदे दे काम करके देखिया, पढ़ाया भी है, प्रशासन भी किया है, प्रबंध भी किया है, ध्यानों से नगर रोकण वास्ते बड़े मैं उपराले किए, तो मैंने एक सख्त अफिसर भी कहा जाता सी। लेकिन मैं बाद दे विच इस नतीजे दे पहुंचा रिटायरमेंट दे नेड़े जाके कि मैं तो नकलों के जिहड़े लोगों दे केस बनाउंदा रहा, मेरे मन नूं बड़ा दुख होया। तो उहदी वजह इह कि बच्चे उत्ते नकल नूं रोकण वास्ते ही सारा जोर लग जांदा है। माफ करना, चेयरमैन साहब बैठे ने, इह जिहड़े साडा बोर्ड भी है ते 2-3 महीने पहलां तैयारी शुरू करदा है। इस तों इलावा असीं देखिया ही नहीं, असीं अध्यापक नूं नैगेटिवली देखदे हां कि उह चोर है, उह नकल करवाउंदा है, वह पढ़ाउंदा नहीं, वह विलियां खांदा है, सरकार पैसे इन्ने दिंदी है। लेकिन यह मैं मानता कुछ लोग है नकल क्यों कराउंदे आ, मैं दसांगा यह जो अध्यापक है उसनू मतलब नैगेटिवली देखा जाता है, उस दे उत्ते चंगा सकारात्मक प्रभाव सरकार वालों या पब्लिक का नहीं है। जदों के असीं गुरु नूं अध्यापक नूं गुरु का दर्जा देना चाहते हैं, वह तो केवल सिर्फ बच्चों नूं किताबी ज्ञान देना ही नहीं, उन्होंने चंगे नागरिक बनाना, उन्होंने नैतिक बंदे बनाना, उन्होंने बहुत ही सूझी वाले नेशन नूं बिल्ड करने वाले बनाना है। तो उहदे वास्ते जिहड़ा अध्यापकों के उत्ते यह अंकुश रखा गया है कि रिजल्ट ਨੂੰ ਬੇਸ ਬਣਾਇਆ ਜਾਂਦਾ ਹੈ। ਅਧਿਆਪਕ ਦਾ ਮੁਲਾਂਕਣ ਸਿਰਫ ਰਿਜ਼ਲਟ ਨਹੀਂ ਹੋ ਸਕਦਾ। ਜੇ ਚੈਲ ਸਾਹਿਬ ਜਿਹੜੀ ਤੁਸੀਂ ਗੱਲ ਕਰੋ ਕਿ ਅਧਿਆਪਕ ਦਾ ਮੁਲਾਂਕਣ ਕਰਨ ਲੱਗੇ ਇੱਕ ਮਾਪਦੰਡ ਜਿਹੜਾ ਹੈ ਉਹ ਸਿਰਫ ਨਤੀਜੇ ਨੂੰ ਬਣਾਉਣਾ ਸਹੀ ਨਹੀਂ, ਹੋਰ ਕਿਹੜੇ ਮਾਪਦੰਡ ਹੋਣ ਇਹਦੇ ਵੀ ਚਰਚਾ ਕਰਨੀ ਬਣਦੀ ਹੈ। ਚੈਲ ਸਾਹਿਬ ਇਹਦੇ ਚਰਚਾ ਕਰਾਂਗੇ ਲੇਕਿਨ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਚਹਿਲ ਸਾਹਿਬ ਇਹ ਦੱਸ ਰਹੇ ਸੀ ਕਿ ਜਿਹੜਾ ਟੀਚਰ ਹੈ ਸਿਰਫ ਉਹਦਾ ਇੱਕ ਮਾਪਦੰਡ ਅਸੀਂ ਮੰਨ ਲਿਆ ਕਿ ਉਹਦਾ ਰਿਜ਼ਲਟ ਠੀਕ ਆਵੇ, ਜੇ ਉਹਦਾ ਰਿਜ਼ਲਟ ਠੀਕ ਹੋਊਗਾ ਤਾਂ ਉਹਨੂੰ ਕੋਈ ਸਜ਼ਾ ਨਹੀਂ ਹੋਊ, ਤਾਂ ਐਪਰੀਸ਼ੀਏਸ਼ਨ ਹੋਊ, ਉਹਦੇ ਇਨਕਰੀਮੈਂਟ ਲੱਗੂ, ਸਭ ਕੁਛ ਮੰਨ ਲੈਂਦੇ ਹਾਂ। ਇਹ ਵੀ ਪ੍ਰੋਵੀਜ਼ਨ ਹੈ ਕਿ ਸਜ਼ਾ ਦੇਣ ਦੀ, ਜੇ ਸਿੱਖਿਆ ਮੰਤਰੀ ਕਹਿ ਰਹੇ ਨੇ ਵੱਧ ਤੋਂ ਵੱਧ ਕੀ ਕਰ ਸਕਦੇ, ਬਦਲੀ ਕਰਨੀ ਹੈ ਜਾਂ ਇਨਕਰੀਮੈਂਟ ਰੁਕਣਾ, ਅਤੇ ਜੇ ਉਹ ਰਿਜ਼ਲਟ 'ਤੇ ਰੱਖਣਗੇ ਸਾਰਾ ਕੁਛ ਅਤੇ ਫਿਰ ਨਕਲ ਵੱਲ ਨੂੰ ਵੀ ਲੋਕ ਜਾਣਗੇ। ਬਿਲਕੁਲ ਇਹਨਾਂ ਦਾ ਨੁਕਤੇ ਜਿਹੜੇ ਨੇ ਅਹਿਮ ਨੇ, ਲੇਕਿਨ ਹੋਰ ਕੀ ਹੋਵੇ? ਇਹ ਕਹਿੰਦੇ ਨੇ ਕਿ ਇਕੱਲਾ ਨਤੀਜਾ ਨਹੀਂ, ਚਹਿਲ ਸਾਹਿਬ ਹੋਰ ਕੀ ਹੋਵੇ ਫਿਰ? ਹਾਂਜੀ, ਅਸਲ 'ਚ ਗੱਲ ਇਹ ਹੈ ਜੀ ਕਿ ਜੇ ਅਸੀਂ ਅਧਿਆਪਕਾਂ ਨੂੰ ਜ਼ਿੰਮੇਵਾਰ ਬਣਾਉਣਾ ਹੈ ਤਾਂ ਜਿਸ ਤਰ੍ਹਾਂ ਕਿ ਪਰੰਪਰਾ ਚੱਲੀ ਆਉਂਦੀ ਹੈ ਰਿਜ਼ਲਟ ਨੂੰ ਜ਼ਰੂਰ ਬੇਸ ਬਣਾਇਆ ਜਾਂਦਾ ਹੈ, ਇਹਦੇ ਬਿਨਾਂ ਪ੍ਰੈਕਟੀਕਲੀ ਚਾਰਾ ਨਹੀਂ ਹੈ। ਲੇਕਿਨ ਇਹ ਜਿਹੜਾ ਰਿਜ਼ਲਟ ਹੈ ਇਹ ਰਿਜ਼ਲਟ ਨੂੰ ਹੀ ਕਿਸ ਤਰ੍ਹਾਂ ਇਹਨੂੰ ਕ੍ਰਾਈਟੇਰੀਆ ਬਣਾਇਆ ਜਾਵੇ, ਆਧਾਰ ਬਣਾਇਆ ਜਾਵੇ, ਇਹ ਬੜੀ ਵੱਡੀ ਸਮੱਸਿਆ ਹੈ। ਜਿਹੜਾ ਸਾਡਾ ਖੇਤਰ ਹੈ ਇਹਦੇ ਵਿੱਚ ਜਿਵੇਂ ਪੇਂਡੂ ਅਤੇ ਸ਼ਹਿਰੀ ਸਕੂਲਾਂ ਦਾ ਕਿੰਨਾ ਵੱਡਾ ਪਾੜਾ ਹੈ, ਜਿਹੜੇ ਸਾਡੇ ਜੇ ਚਾਰ ਤਰ੍ਹਾਂ ਦੇ ਮੈਂ ਬੱਚਿਆਂ ਦੇ ਪੇਰੈਂਟਸ ਦੀ ਇਨਕਮ ਗਰੁੱਪ ਦਾ ਪਾੜਾ, ਉਹ ਤੋਂ ਇਲਾਵਾ ਜੀ ਮੈਂ ਇਕੱਲੀ ਉਸੇ ਦੀ ਗੱਲ ਕਰਦਾ ਕਿ ਜਿਹੜਾ ਟੀਚਰਾਂ ਦਾ ਜਿਹੜਾ ਰਿਜ਼ਲਟ ਹੈ ਉਹਦੇ ਸਾਡੇ ਸਕੂਲ ਹੈ, ਮਹਾਂਨਗਰਾਂ ਦੇ ਵਿੱਚ ਸਕੂਲ ਨੇ, ਨਗਰਾਂ ਦੇ ਵਿੱਚ ਸਕੂਲ ਨੇ, ਪਿੰਡਾਂ ਵਿੱਚ ਸਕੂਲ ਨੇ, ਇੱਕ ਬਾਰਡਰ ਜਿਹੜਾ ਹੈ ਪੰਜਾਬ ਦਾ ਬਹੁਤ ਵੱਡਾ ਬਾਰਡਰ ਹੈ ਉੱਥੋਂ ਦੇ ਸਕੂਲ ਨੇ। ਇਹ ਜਿਹੜੀ ਹੁਣ ਗੱਲ ਕੀਤੀ ਸੀ ਮੰਤਰੀ ਜੀ ਨੇ ਜਾਂ ਹੋਰ ਵੀ ਸਾਰੇ ਕ੍ਰਿਸ਼ਨ ਕੁਮਾਰ ਜੀ ਸਕੱਤਰ ਸਾਹਿਬ, ਉਹਨਾਂ ਦੀ ਮਨਸ਼ਾ ਬੜੀ ਚੰਗੀ ਹੈ, ਮੈਂ ਉਹਨਾਂ ਨੂੰ ਸਮਝਦਾ ਕਿ ਬੜੇ ਇਮਾਨਦਾਰ ਨੇ, ਉਹ ਕਰਨਾ ਚਾਹੁੰਦੇ ਨੇ, ਤੇ ਉਹਨਾਂ ਨੇ ਵੀ ਉੱਥੇ ਜਾ ਕੇ ਛਾਪੇ ਮਾਰੇ, ਉਹਨਾਂ ਦਾ ਲੋਕਾਂ ਨੇ ਘਿਰਾਓ ਕਰ ਲਿਆ ਉਸ ਬਾਰਡਰ ਸਟੇਟ 'ਤੇ। ਬਾਰਡਰ ਦੇ ਉੱਤੇ ਜਿਹੜੇ ਸਾਡੇ ਅਧਿਆਪਕ ਨੇ ਉਹ ਕਿੰਨੀ ਮੁਸ਼ਕਿਲ ਹਾਲਾਤ ਦੇ ਵਿੱਚ ਹੈ, ਗੋਲੀਆਂ ਚੱਲ ਰਹੀਆਂ ਨੇ ਅਤੇ ਉਹ ਬੈਠੇ ਹੋਏ ਉੱਥੇ, ਕੋਈ ਉਹਨਾਂ ਨੂੰ ਸਹੂਲਤ ਨਹੀਂ ਪਹੁੰਚਦੀ, ਉੱਥੇ ਉਹਨਾਂ ਨੂੰ ਇੱਕ ਵਾਰੀ ਚਲਿਆ ਗਿਆ ਉਹਨੂੰ ਕਦੇ ਬਦਲਦੇ ਹੀ ਨਹੀਂ। ਤੋ ਇਹ ਨਤੀਜਿਆਂ ਦੇ ਆਧਾਰ 'ਤੇ ਅਸੀਂ ਕੋਈ ਸਾਇੰਟੀਫਿਕ ਵਿਗਿਆਨਿਕ ਢੰਗ ਬਣਾਈਏ ਕਿ ਨਤੀਜਿਆਂ ਨੂੰ ਸਾਰਿਆਂ ਨੂੰ ਐਵਰੇਜ ਕੱਢ ਕੇ ਸਾਰਿਆਂ ਉੱਤੇ ਲਾਗੂ ਕਰ ਦਿੱਤਾ ਜਾਂਦਾ। ਮੰਨੋ 63% ਹੁਣ ਰਿਜ਼ਲਟ ਆਇਆ ਤਾਂ ਇਹ ਇੱਕ ਐਵਰੇਜ ਹੈ, ਉਹਨਾਂ ਨੂੰ ਐਵਰੇਜ ਜਿਹੜੀ ਹੈ ਉਹ ਵਧਾਉਂਦੀ ਹੈ ਸਾਡੀ ਚੰਗੇ ਸਕੂਲ, ਤੇ ਘਟਾਉਂਦੇ ਆ ਸਾਰੇ ਬਾਰਡਰ ਦੇ ਸਕੂਲ, ਤੇ ਉਹਨਾਂ ਦੇ ਨਾਲ ਜੇ ਉੱਥੋਂ 63% ਕੀ ਉਹਨਾਂ ਦਾ 40% ਵੀ ਨਹੀਂ ਆਉਂਦਾ। ਸੋ ਕ੍ਰਾਈਟੇਰੀਆ ਇਹ ਹੋਣਾ ਚਾਹੀਦਾ ਹੈ
कि ये चार तरह के वर्ग अगर बना ले जान उन्होंने अड अड रिजल्ट कढ़िया जाए उन उस इलाके का उन्होंने नाल ही उन्होंने मिलाया जाए। क्यों जी डॉक्टर केत सिंह इन्होंने एक होर जो आइडिया दिता है, देखो मेरे दर्शको अपने कई बार गल हुई है जो सा इस तरह के प्रोग्राम ने यह गवर्नमेंट न एक तो बड़ा स्पष्ट है ये जो माध्यम होंगे ना टैलीविजन का यह माध्यम है ज कोई भी पत्रकारी का माध्यम है वह माध्यम ब्रिज होंगे पुल होंगे लोगों ते सरकार दे दरम्यान ते जिहड़ी गल हुण सिक्ख्या मंत्री ने कही है असीं उन्हां नूं सुजैसट कर रहे हैं कि तुसीं की करन जा रहे हो ये गल्लां दा ख्याल रखना जिहड़ियां अज असीं चर्चा कर रहे हैं कि साढ़े माहर विद्वान जिहड़े सलाह दे रहे हैं। डॉक्टर केत सिंह की सलाह दोगे जो इन्होंने मापदंड की गल की है वो बारे की कहोगे? इन्होंने बहुत अच्छी गल कही चाहल साहब ने कि जदों तुसीं किसी दी मुलांकन करना है, नतीजा ही जे आपां करना है उदा ते वो ए उन्हों तुसीं इक्वेट नहीं कर सकते वक्ख वक्ख खित्तेयां नूं, वो तुसीं उदा आधार ते बनाओ। जिस तरह मैं पहला कहा सीगा कि कोई इवैल्यूएशन जरूरी है, अकाउंटेबिलिटी भी जरूरी है, पर उदा विज्ञानक आधार जरूर सानूं मिथ लैना चाहिए। ये विज्ञानक आधार बारे असी इनू वर्कआउट कर सकते हैं, अपनी पंजाब गवर्नमेंट भी कर सकती, नैशनल लैवल से भी हो सकता है। जो इन्होंने सजेशन दिता ना कि बॉर्डर स्टेट की अलग मैरिट बना लो जो परसेंटेज अलग कटो जिथे सहूलतां वधेरे ने जिथे पिछोकड़ ठीक है, जिस तरह इकोनॉमिक पिछोकड़ की भी इन्होंने गल की, पर मोहाली दा रिजल्ट तां खुद चंगा नहीं है ना, वो तुसीं बिल्कुल ठीक कह रहे हो, फिर उन्हां ते उन्हां ते सजा दित्ती जा सकदी है, उन्हां ते एक्शन लेना यही कह रहे हो, यही यही तो एक बंदेगा एग्जैक्टली उथे जिथे ये सारियां सहूलतां दे बावजूद रिजल्ट माड़ा है उथे ते असीं सारे कहने आ भी उन्हां ते एक्शन लेना बनदा है, जिथे हुण नहीं सहूलतां दित्तियां उथे ये लवांगे तां फिर शायद ये गल ठीक ना। दूसरी साहब जी तुसीं की कहोगे जिवें साडा बाकी पैनलिस्ट कह रहे ने? जी सर, मैं कुछ हद तक तो इन्हों की गल नाल सहमत हाँ जी, पर एक मेरा विचार ये है जी कि असी बच्चों जो पढ़ाना है सिलेबस भी उही है, टीचर भी उस सब्जेक्ट का है, पढ़ाने का ढंग भी उही है, जे उत्थे सारियां सहूलतां पूरियां हैगियां भावें बार्डर आ भावें पिंड आ भावें शहर आ, फिर जे टीचर तो एक देश का निर्माता गिणिया जाता जो अपने अहदे नू सचमुच समर्पित है तो फिर मैं सोचती कि रिजल्ट भी चंगा आ सकता, रिजल्ट भी चंगा। इहदे लई डेडिकेशन की लोड़ आ, टीचरां नू जागृत करन की लोड़ आ, जो मैं देखा अपने पूरे सर्विस के दौरान कि टीचर जिहड़े ना सिर्फ यही समझते कि मैं एक टीचर आ जाना है, मैं तनखाह लियानी आ पढ़ाना आ, ਟੀਚਰਾਂ ਨੂੰ ਵੀ ਬਹੁਤ ਮਿਹਨਤ ਕਰਨ ਦੀ ਲੋੜ ਹੈ, ਸਰਕਾਰ ਉਹਨਾਂ ਦੀ ਸਿਕਿਉਰਿਟੀ ਆਫ ਜੌਬ ਹੁੰਦੀ ਹੈ ਤੇ ਉਹ ਬਾਕੀ ਪੜ੍ਹਾਈ ਨੂੰ ਕੋਈ ਮਤਲਬ ਡੈਡੀਕੇਟਡ ਨਹੀਂ ਹੈ, ਡੈਡੀਕੇਟਡ ਨਹੀਂ ਹੈ। ਵਾਲੀਆ ਸਾਹਿਬ ਇਹਦੇ ਦੇਖੋ ਜਦੋਂ ਆਪਾਂ ਇਹ ਕਰਦੇ ਹਾਂ ਨਾ ਜੀ ਸਜ਼ਾ ਦੇਣ ਦੀ ਗੱਲ ਹੈ, ਇਹ ਸਿਰਫ ਰਿਜ਼ਲਟ ਇੱਕ ਪੱਖ ਹੈ, ਜਦੋਂ ACR ਬਣਦੀ ਹੈ ਨਾ ਜੀ, ਜਦੋਂ ਸਾਡੀਆਂ ਆਪਣੀਆਂ ਲਿਖੀਆਂ ਜਾਂਦੀਆਂ ਅਧਿਆਪਕਾਂ ਦੀਆਂ, ਇਹ ਸਾਰੇ ਬੈਠੇ ਅਫਸਰ ਸਾਹਿਬਾਨ, ਇਹਨਾਂ ਨੂੰ ਪਤਾ ਵੀ ACR ਜਦੋਂ ਲਿਖੀ ਜਾਂਦੀ ਹੈ ਉਹਦੇ ਵਿੱਚ ਕਈ ਹੋਰ ਪੱਖ ਹੁੰਦੇ ਹੈ ਕਿ ਉਹ ਰੈਗੂਲਰ ਹੈ ਕਿ ਨਹੀਂ, ਉਹ ਕਲਾਸਿਸ ਲੈਂਦਾ ਹੈ ਕਿ ਨਹੀਂ, ਹੋਰ ਡਿਸਿਪਲਿਨ ਹੈ ਕਿ ਨਹੀਂ, ਪੰਕਚੁਅਲ, ਸਾਰੀਆਂ ਉਹ ਪੱਖ ਹੁੰਦੇ ਹੈ, ਸਿਰਫ ਰਿਜ਼ਲਟ ਇੱਕ ਉਹਦੇ 'ਚ ਐਲੀਮੈਂਟ ਹੈ, ਸਿਰਫ ਤੇ ਸਿਰਫ ਰਿਜ਼ਲਟ ਆਧਾਰ ਨਹੀਂ ਹੁੰਦਾ ਜਿਹਦੇ ਨਾਲ ਉਹਨਾਂ ਨੂੰ ਸਜ਼ਾ ਮਿਲਦੀ ਜਾਂ ਉਹਦੀ ਤਰੱਕੀ ਰੋਕੀ ਜਾਂਦੀ ਹੈ। ਔਰ ਮੈਂ ਸਮਝਦਾ ਕਿ ਇਹ ਇੱਕ ਐਲੀਮੈਂਟ ਦੇ ਤੌਰ 'ਤੇ ਰੱਖਿਆ ਜਾ ਸਕਦਾ ਹੈ, ਬਸ਼ਰਤੇ ਕਿ ਇਹਨੂੰ ਵਰਕਆਊਟ ਕਰਨ ਦੇ ਆਪਾਂ ਵਿਗਿਆਨਕ ਇਹਦੇ ਆਧਾਰ ਜ਼ਰੂਰ ਮਿਥ ਲਈਏ ਕਿ ਅਸੀਂ ਇੱਕ ਹੀ, ਜਿਸ ਤਰ੍ਹਾਂ ਮੈਡਮ ਕਹਿ ਰਹੇ ਸੀਗੇ ਕਿ ਜੇ ਆਪਾਂ ਹੁਣ ਇਹਨਾਂ ਦੀ ਗੱਲ ਕਰਦੇ ਹਾਂ ਜੀ, ਜਿਹੜੇ ਬਾਰਡਰ ਸਟੇਟਸ ਹੈਗੀਆਂ, ਬਾਰਡਰ ਇਲਾਕਾ ਹੈਗਾ, ਬਾਰਡਰ ਇਲਾਕੇ 'ਚ ਕੋਈ ਇੱਕ ਅੱਧਾ ਸਕੂਲ ਤਾਂ ਠੀਕ ਹੋ ਗਿਆ, ਓਵਰਆਲ ਪਰਫਾਰਮੈਂਸ ਦੀ ਆਪਾਂ ਨੂੰ ਦੇਖਣੀ ਪੈਣੀ ਹੈ। ਅਤੇ ਉਹ ਤੁਸੀਂ ਦੇਖੋ ਕਿ ਜੇ ਸਾਰੇ ਬਾਕੀ ਸਕੂਲਾਂ ਦੇ ਵਿੱਚ ਹਾਲਤ ਮਾੜਾ, ਟੀਚਰ ਹੀ ਉੱਥੇ ਹੈ ਨਹੀਂ, ਜਿਵੇਂ ਹੁਣ ਤਰਨ ਤਾਰਨ ਦਾ ਇਸ ਵਾਰੀ ਤੁਸੀਂ ਕਹਿ ਰਹੇ ਸੀਗੇ ਕਿ ਰਿਜ਼ਲਟ ਹੀ ਇਸ ਵਾਰੀ 33% ਉੱਥੇ ਆਏ, ਹੁਣ ਆਪਾਂ ਨੂੰ ਇਹ ਤਾਂ ਜ਼ਰੂਰ ਧਿਆਨ 'ਚ ਰੱਖਣਾ ਪੈਣਾ ਨਾ ਵੀ ਜੇ ਹੈ ਹੀ 33% ਤਾਂ ਫਿਰ ਉੱਥੇ ਸਰਕਾਰੀ ਸਕੂਲ ਦਾ ਜੇ ਉੱਥੇ 50% ਹੈ ਤਾਂ ਫਿਰ ਉਹਨਾਂ ਨੂੰ ਸਜ਼ਾ ਕਿਉਂ ਮਿਲੇ? ਡਾਕਟਰ ਸਾਹਿਬ ਇੱਕ ਹੋਰ ਵੀ ਗੱਲ ਹੈ ਜਿਹੜੀ ਚਹਿਲ ਸਾਹਿਬ ਨੇ ਆਪਣਾ ਗੱਲ ਕਰਦੇ ਹੋਏ ਆਫ ਦੀ ਰਿਕਾਰਡ ਵੀ ਦੱਸੀ ਸੀ ਔਰ ਮੈਡਮ ਨੇ ਵੀ ਦੱਸੀ ਸੀ, ਪ੍ਰਕਾਸ਼ ਕੌਰ ਹੋਰਾਂ ਨੇ, ਕਿ ਜੇ ਅਸੀਂ ਇਕੱਲਾ ਸਜ਼ਾ ਇਹਦੇ ਮੁਤਾਬਕ ਦੇਵਾਂਗੇ ਨਾ ਰਿਜ਼ਲਟ ਦੇ
ਫਿਰ ਇਹ ਨਕਲ ਨੂੰ ਬਢਾਵਾ ਵੀ ਮਿਲੂਗਾ, ਲੋਕ ਨਕਲ ਨੂੰ ਵਧਾਉਣਗੇ। ਨਹੀਂ ਇਹ ਕੱਲਾ ਆਧਾਰ ਹੈ ਹੀ ਨਹੀਂ ਜੀ, ਇਹ ਆਧਾਰ ਨਹੀਂ ਹੈ ਕੱਲਾ। ਇਸ ਮੈਂ ਇਹਦੇ ਵਿੱਚ ਹੋਰ ਇਸ ਨੂੰ ਵਿਸਤਾਰ ਚ ਗੱਲ ਦੱਸਣਾ ਚਾਹੁੰਦਾ, ਜਿਹੜਾ ਰਿਜ਼ਲਟ ਦਾ ਹੈ ਇੰਨਾ ਸੌਖਾ ਗੱਲ ਨਹੀਂ। ਮੇਰਾ ਇਹ ਇੱਕ ਪ੍ਰਪੋਜ਼ਲ ਹੈ ਕਿ ਆਪਾਂ ਰਿਜ਼ਲਟ ਜਿਹੜਾ ਹੈ ਇੱਕ ਅਧਿਆਪਕ ਸ਼ਹਿਰ ਦੇ ਵਿੱਚੋਂ ਉਸ ਨੂੰ ਬਦਲ ਦਿੰਦੇ ਹਾਂ ਪਿੰਡ ਦੇ ਵਿੱਚ, ਜਾਂ ਉਹ ਜਾਣ ਨੂੰ ਤਿਆਰ ਹੈ, ਉਹ ਪਿੰਡ ਦੇ ਵਿੱਚ ਉਹਦਾ ਸਤਰ ਨੀਵਾਂ ਹੈ। ਮੰਨ ਲਓ ਉੱਥੇ ਕਿਸੇ ਨੇ ਸਕੂਲ ਦੇ ਉਹਦੇ ਮੈਥੇਮੈਟਿਕਸ ਦਾ ਜਿਵੇਂ ਸਬਜੈਕਟ ਹੈ ਜਾਂ ਇੰਗਲਿਸ਼ ਦਾ ਹੈ, ਉੱਥੇ ਪਹਿਲਾਂ ਪਿਛਲੇ ਸਾਲ 30% ਰਿਜ਼ਲਟ ਆਇਆ, ਅਗਰ ਉੱਥੇ ਉਹ ਅਧਿਆਪਕ ਜਾ ਕੇ ਇੱਕ ਸਾਲ ਬਾਅਦ 40% ਜਾਂ 45% ਵੀ ਰਿਜ਼ਲਟ ਕੱਢ ਦਿੰਦਾ, ਤਾਂ ਉਸ ਨੂੰ ਸ਼ਾਬਾਸ਼ ਮਿਲਣੀ ਚਾਹੀਦੀ, ਉਹਨੂੰ ਐਪਰੀਸੀਏਸ਼ਨ ਹੁੰਦੀ ਹੈ। ਜਿੱਥੇ ਅਸੀਂ ਸਜ਼ਾ ਦਿੰਦੇ ਹਾਂ ਉਸ ਨੂੰ ਇੱਕ ਇਨਕਰੀਮੈਂਟ ਕਿਉਂ ਨਹੀਂ ਵੱਧ ਦਿੱਤਾ ਜਾਂਦਾ? ਦੋਨੇ ਚੀਜ਼ਾਂ ਨਾਲ ਨਾਲ ਚੱਲਣ ਕੇ ਐਪਰੀਸੀਏਸ਼ਨ। ਮੇਰਾ ਮਤਲਬ ਹੈ ਕਿ ਜਿਹੜਾ ਮੁਕਾਬਲਾ ਹੈ ਇਹ ਨਹੀਂ ਕਿ ਜੇ ਕੋਈ ਸ਼ਹਿਰ 'ਚ ਚਲਿਆ ਗਿਆ ਟੀਚਰ, ਮੈਂ ਕਹਿਣਾ ਕਿ ਉੱਥੋਂ ਦੀ ਇੰਗਲਿਸ਼ ਦਾ ਜਾਂ ਹਿੰਦੀ ਦਾ ਰਿਜ਼ਲਟ ਜਾਂ ਪੰਜਾਬੀ ਦਾ ਆਪਣੇ ਆਪ ਹੀ 80% 85% ਆ ਜਾਂਦਾ, ਉੱਥੇ ਅਧਿਆਪਕ ਦੀ ਇੰਨੀ ਕੋਈ ਕੰਟਰੀਬਿਊਸ਼ਨ ਆਪਾਂ ਸੈਸ ਨਹੀਂ ਕਰ ਸਕਦੇ। ਉਹੀ ਬੰਦੇ ਨੂੰ ਅਸੀਂ ਕਿਸੇ ਪਿੰਡ ਦੇ ਵਿੱਚ ਭੇਜ ਦਿੰਦੇ ਹਾਂ, ਬਾਰਡਰ 'ਤੇ ਭੇਜ ਦਿੰਦੇ ਹਾਂ, ਉੱਥੇ ਉਹਦਾ ਰਿਜ਼ਲਟ 30-35% ਆਉਂਦਾ ਜੀ। ਅਤੇ ਇਹਦਾ ਮਤਲਬ ਇਹ ਹੈ ਕਿ ਅਸੀਂ ਅੱਡੋ ਅੱਡੀ ਜਿਹੜੇ ਸਬਜੈਕਟ ਵਾਈਜ਼, ਜੇ ਕੁਛ ਜੇ ਇਸ ਦੇ ਕੋਈ ਹੈੱਡ ਮਾਸਟਰ ਹੈ ਉਹ ਸਕੂਲ ਨੂੰ ਅਗਰ 30% ਤੋਂ ਚੱਕਦਾ ਜਾਂ 40% ਤੋਂ ਚੱਕ ਕੇ ਉਹ 70% ਤੱਕ ਲੈ ਜਾਂਦਾ, ਉਸ ਹੈੱਡ ਮਾਸਟਰ ਨੂੰ ਕਿਸੇ ਇਨਾਮ ਦੇ ਯੋਗ ਸਮਝਿਆ ਜਾਵੇ। ਇਹ ਜਿਹੜਾ ਤੁਸੀਂ ਦੋਨੇ ਜਿਹੜੇ ਖਾਸ ਤੌਰ 'ਤੇ ਪ੍ਰਸ਼ੰਸਾ ਕੀਤੀ ਜਾਵੇ, ਸ਼ਹਿਲ ਸਾਹਿਬ ਔਰ ਪ੍ਰਕਾਸ਼ ਕੌਰ ਜੀ, ਤੁਸੀਂ ਦੋਨੇ DO ਵੀ ਰਹੇ ਅਤੇ ਇਹ ਵੀ ਥੋੜ੍ਹਾ ਚਿਰ CO ਰਹੇ, ਇਹ ਤੁਹਾਡੇ ਜਿਹੜਾ ਇੱਕ ਲੀਡਰ ਦੇ ਹੱਥ 'ਚ ਵੀ ਹੈ ਟੀਚਰਸ ਨੂੰ ਮੋਟੀਵੇਟ ਕਰਨਾ, ਜਾਂ ਸਜ਼ਾ ਹੀ ਜਾਂ ਐਪਰੀਸੀਏਸ਼ਨ ਹੀ ਇਨਕਰੀਮਿਟੀ ਉਹਨੂੰ ਮਤਲਬ ਅੱਗੇ ਲਿਜਾ ਸਕਦੇ ਨੇ, ਉਹਨਾਂ ਨੂੰ ਇਸ ਤਰ੍ਹਾਂ ਵੀ ਕੋਈ ਤਰੀਕੇ ਹੋ ਸਕਦੇ ਨੇ, ਜਿਸ ਤਰ੍ਹਾਂ ਮੈਨੂੰ ਕੁਛ ਟੀਚਰ ਨੇ ਦੱਸਿਆ ਕਿ ਅਸੀਂ ਇਸ ਤਰ੍ਹਾਂ ਜਿਹੜਾ ਹੈ ਪ੍ਰਾਈਵੇਟ ਸਕੂਲ ਵਾਲੇ ਕਹਿੰਦੇ ਅਸੀਂ ਰਿਜ਼ਲਟ ਇਸ ਕਰਕੇ ਵਧੀਆ ਕਰਦੇ, ਇੱਕ ਤਾਂ ਰੈਗੂਲਰ ਚੈਕਿੰਗ ਹੈ, ਦੂਜਾ ਉਹ ਡੇਲੀ ਡੈਰੀ ਲਾਉਂਦੇ ਨੇ ਵੀ ਅੱਜ ਕੀ ਪੜ੍ਹਾਉਣਾ, ਸ਼ਾਮ ਨੂੰ ਚੈੱਕ ਕਰਦੇ ਨੇ, ਇਸ ਤਰ੍ਹਾਂ ਦੇ ਵੀ ਕੋਈ ਤਰੀਕੇ ਵਰਤੇ ਜਾ ਸਕਦੇ? ਸਰ ਅਤੇ ਵਰਤਦੇ ਨਹੀਂ? ਨਹੀਂ ਵਰਤਦੇ ਸਰ, ਇਸ ਤਰ੍ਹਾਂ ਹੈ ਕਿ ਜੇ ਸਿੱਖਿਆ 'ਚ ਸੁਧਾਰ ਕਰਨਾ ਹੈ ਜੀ, ਫਿਰ ਇਹ ਜ਼ਰੂਰੀ ਹੈ ਕਿ ਅਧਿਆਪਕ ਨੂੰ ਡਾਇਰੀ ਲਿਖਣੀ ਚਾਹੀਦੀ ਹੈ, ਉਹਨੂੰ 1 ਮਹੀਨੇ ਦੀ ਡਾਇਰੀ ਲਿਖਣੀ ਚਾਹੀਦੀ ਕਿ ਇਸ ਮਹੀਨੇ ਵਿੱਚ ਕੀ ਪੜ੍ਹਾਇਆ ਜਾਏਗਾ। ਉਸ ਡਾਇਰੀ ਨੂੰ ਪ੍ਰਿੰਸੀਪਲ ਜਾਂ ਸਕੂਲ ਦਾ ਜਿਹੜਾ ਵਾਈਸ ਪ੍ਰਿੰਸੀਪਲ ਸਮਝ ਲਓ ਜਾਂ ਸੀਨੀਅਰ ਟੀਚਰ ਸਮਝ ਲਓ, ਉਹ ਚੈੱਕ ਕਰੇ। ਔਰ ਕਦੀ ਕਦੀ ਜਿੱਥੇ ਪੂਰੇ ਟੀਚਰ, ਮੈਂ ਉਹਨਾਂ ਦੀ ਗੱਲ ਕਰ ਰਹੀ ਸਰ, ਜਿੱਥੇ ਟੀਚਰ ਹੀ ਕੋਈ ਨਹੀਂ ਉੱਥੇ ਤਾਂ ਇਹ ਗੱਲ ਹੀ ਨਹੀਂ ਹੋ ਸਕਦੀ, ਉਹਨਾਂ ਨੂੰ ਓਬਜ਼ਰਵ ਕਰਨਾ ਚਾਹੀਦਾ ਕਿ ਇਹ ਜੋ ਇਹਨੇ ਆਪਣੀ ਡਾਇਰੀ ਵਿੱਚ ਲਿਖਿਆ ਇਹ ਟੀਚਰ ਪੜ੍ਹਾ ਰਿਹਾ, ਕਦੀ ਮਹੀਨੇ 'ਚ ਇੱਕ ਅੱਧੀ ਵਾਰੀ, ਰੋਜ਼ ਨਹੀਂ। ਔਰ ਪ੍ਰਿੰਸੀਪਲ ਨੂੰ ਮੈਂ ਸੋਚਦੀ ਹਾਂ ਕਿ ਉਹਨੂੰ ਖੁਦ ਹੀ ਪੜ੍ਹਾਉਣਾ ਚਾਹੀਦਾ, ਉਹਦੇ 3 ਪੀਰੀਅਡ ਲੱਗਦੇ, ਹਫ਼ਤੇ 'ਚ ਲਗਾਉਣੇ ਚਾਹੀਦੇ ਆ। ਔਰ ਮੈਂ ਤਾਂ ਲਗਾਉਂਦੀ ਸੀ, ਮੈਂ ਉਹਨਾਂ ਨੂੰ ਕਿਹਾ ਸੀ ਮੈਨੂੰ ਓਬਜ਼ਰਵ ਕਰੋ। ਇਹ ਤਰੀਕਾ। ਦੂਸਰਾ ਹੈ ਕਿ ਬੱਚਿਆਂ ਦਾ ਜਿਹੜਾ ਹੋਮਵਰਕ ਹੈ ਉਹ ਹੋਮਵਰਕ ਕਰਦੇ ਆ, ਉਹਨਾਂ ਦੀਆਂ ਕਾਪੀਆਂ ਵੀ ਟੀਚਰ ਚੈੱਕ ਕਰੇ, ਉਸ ਤੋਂ ਬਾਅਦ ਜਿਹੜਾ ਸੀਨੀਅਰ ਸਕੂਲ ਦਾ ਟੀਚਰ ਹੈ ਉਹ ਵੀ ਉਹਨਾਂ ਨੂੰ ਚੈੱਕ ਕਰੇ ਕਿ ਠੀਕ ਹੈ। ਇਸ ਤੋਂ ਇਲਾਵਾ ਮੈਂ ਸੋਚਦੀ ਕਿ ਸਾਰੇ ਜ਼ਿਲ੍ਹਿਆਂ ਦੀ ਇੱਕ ਇੰਸਪੈਕਸ਼ਨ ਕਮੇਟੀ ਬਣਨੀ ਚਾਹੀਦੀ, ਇੱਕ ਉਹ ਇੰਟਰ ਡਿਸਟ੍ਰਿਕਟ ਚੈਕਿੰਗ ਕਰਨ, 2 ਇੰਸਪੈਕਸ਼ਨ ਸਾਲ 'ਚ ਹੋਣੀਆਂ ਚਾਹੀਦੀਆਂ ਸਕੂਲਾਂ ਦੀਆਂ। ਉਹਦੇ ਵਿੱਚ ਇਹ ਵੀ ਪਤਾ ਲੱਗੇਗਾ ਕਿ ਕਿੱਥੇ ਕੀ ਘਾਟ ਆ, ਉਹਨਾਂ ਦੀਆਂ ਡਾਇਰੀਆਂ ਦੇਖੀਆਂ ਜਾਣ, ਉਹਦੇ ਮੁਤਾਬਕ ਹੀ ਇੰਸਪੈਕਸ਼ਨ ਹੋਣੀ ਚਾਹੀਦੀ ਕਿ ਇਹਨਾਂ ਨੇ ਆਪਣਾ ਸਿਲੇਬਸ ਪੂਰਾ ਕੀਤਾ, ਪੜ੍ਹਾਇਆ ਆ ਜੀ। ਇਸ ਤੋਂ ਇਲਾਵਾ ਮੈਂ ਇੱਕ ਹੋਰ ਪੁਆਇੰਟ ਲਾਉਂਗੀ ਕਿ ਮੈਂ ਖੁਦ ਕਰਦੀ ਸੀ ਇਹ ਕੰਮ ਜਦੋਂ ਮੈਂ ਪ੍ਰਿੰਸੀਪਲ ਸੀ ਜੀ। ਹਰ ਰੋਜ਼ ਸਵੇਰੇ ਪ੍ਰੇਅਰ ਦੇ ਵਿੱਚ 10 ਮਿੰਟ ਲਈ ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੀਦਾ, ਬਿਲਕੁਲ ਸਹੀ ਗੱਲ, ਤੁਸੀਂ ਆਪਣੇ ਸਮਾਜ ਦੇ ਵਿੱਚ ਵਿਚਰਨਾ ਹੈ, ਤੁਸੀਂ ਕਿਹੜੇ ਗੁਣਾਂ ਨੂੰ ਅਪਣਾਉਣਾ ਹੈ। ਬਿਲਕੁਲ, ਇੱਥੇ ਅਸੀਂ ਡੋਪੋ ਜੋ ਜਿਹੜਾ ਚਲਾਇਆ ਨਾ ਉਹ ਵੀ ਕਾਮਯਾਬ ਕਰ ਸਕਦੇ ਹਾਂ। ਬਿਲਕੁਲ, ਤੁਹਾਡੀ ਗੱਲ ਠੀਕ ਹੈ ਜੀ। ਹੁਣ ਸਾਡੇ ਕੋਲ ਚੈਲ ਸਾਹਿਬ ਸਾਰੇ 1.5 ਮਿੰਟ ਬਚਿਆ ਹੈ, ਪਰ ਮੈਂ ਇਹ ਚਾਹੂੰਗਾ ਇੱਕ ਗੱਲ ਅਸੀਂ ਸਾਡਾ ਪੈਨਲ ਅੱਜ ਇਹ ਜ਼ਰੂਰ ਦੱਸ ਕੇ ਜਾਵੇ, ਇਹ 1.5 ਮਿੰਟ ਜਿਹੜਾ ਬਚਦਾ ਉਹ 'ਚ 30-30 ਸਕਿੰਟ ਦੇ ਵਿੱਚ, ਕਿ ਸਜ਼ਾ ਜਿਹੜੀ ਨਿਰਧਾਰਿਤ ਕਰਨ ਦੀ ਗੱਲ ਚੱਲ ਰਹੀ ਹੈ, ਇਹ ਸ਼ਾਇਦ ਅਸੀਂ ਕੋਈ ਵੀ ਸਹਿਮਤ ਨਹੀਂ ਕਿ ਸਜ਼ਾ ਦੇਣੀ ਚਾਹੀਦੀ ਹੈ, ਪਰ ਕੀ ਕਰੀਏ ਸਜ਼ਾ ਨਾ ਹੋਵੇ? ਚੈਲ ਸਾਹਿਬ 30 ਸਕਿੰਟ ਦੇ ਵਿੱਚ। ਇਸ ਵਾਸਤੇ ਜੀ ਸਾਡੇ ਜਿਹੜਾ ਅਧਿਆਪਕ ਵਰਗ ਹੈ ਜੀ, ਇਸ ਨੂੰ ਇੰਨੀ ਨਿੰਦਿਆ ਜਾਂਦਾ ਹੈ ਪਬਲਿਕਲੀ,
ਅਖਬਾਰਾਂ 'ਚ ਵੀ ਹਰ ਜਗ੍ਹਾ ਪੇਰੈਂਟਸ ਸਭ ਕੁਝ। ਤੁਸੀਂ ਨੁਕਤਾ ਦੱਸੋ। ਮੈਂ ਨੁਕਤਾ ਇਹ ਦੱਸਦਾ ਹਾਂ ਕਿ ਅਸੀਂ ਵਿਸ਼ਵਾਸ ਨਹੀਂ ਕਰਦੇ ਅਧਿਆਪਕਾਂ 'ਤੇ, ਜਿਹੜੇ ਸਾਡੇ ਕੋਲ ਲੱਖਾਂ ਅਧਿਆਪਕ ਨੇ, ਉਹਨਾਂ ਵਿੱਚੋਂ ਮੈਂ ਮੰਨ ਲੈਣਾ ਵੀ 5000 ਵੀ ਮਾੜੇ ਨੇ, ਇਹਦਾ ਮਤਲਬ ਹੈ ਕਿ ਬਾਕੀ ਤਾਂ ਲੱਖਾਂ ਦੀ ਸੰਖਿਆ ਵਿੱਚ ਚੰਗੇ। ਤੁਸੀਂ ਕਹਿੰਦੇ ਹੋ ਅਧਿਆਪਕਾਂ 'ਤੇ ਤੁਸੀਂ ਪੂਰਾ ਵਿਸ਼ਵਾਸ ਕੀਤਾ ਜਾਵੇ। ਮੈਂ ਤਜਰਬਾ ਕੀਤਾ ਹੈ ਕਿ ਅਸੀਂ ਨਕਲ ਰੋਕੀ ਹੈ, ਚੰਗੇ ਬੰਦਿਆਂ ਨੂੰ ਲਾਓ, ਚੰਗੇ ਬੰਦਿਆਂ ਨੂੰ ਅੱਗੇ ਲਿਆਓ। ਡਾਕਟਰ ਕੇਤ ਸਿੰਘ ਜੀ, ਮੈਂ ਵਾਲੀਆ ਸਾਹਿਬ ਸਮਝਦਾ ਕਿ ਇਹ ਐਲੀਮੈਂਟ ਸਜ਼ਾ ਦਾ ਜੋ ਜਿਸ ਨੂੰ ਤੁਸੀਂ ਕਹਿ ਰਹੇ ਹੋ, ਇਹ ਮੈਂ ਇਹਨੂੰ ਅਕਾਊਂਟੇਬਿਲਟੀ ਕਹਿੰਦਾ, ਸਜ਼ਾ ਨਹੀਂ ਮੈਂ ਇਹਨੂੰ ਕਹਿੰਦਾ। ਔਰ ਇੱਕ ਐਲੀਮੈਂਟ ਦੇ ਤੌਰ 'ਤੇ ਇਹ ਵਿੱਚ ਸ਼ਾਮਿਲ ਹੋਣਾ ਚਾਹੀਦਾ। ਇਹ ਹਰ ਤਾਂ ਹੈ, ਸਾਡੇ ਟੀਚਰਸ 'ਤੇ ਵੀ ਲਾਗੂ ਹੋਣਾ ਚਾਹੀਦਾ। ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਹਿ ਰਹੇ ਸੀਗੇ ਕਿ ਪ੍ਰਾਈਵੇਟ ਸਕੂਲ ਜਿਹੜੇ ਹੈਗੇ ਆ, ਉੱਥੇ ਤੁਸੀਂ ਰਿਜ਼ਲਟ ਕਿਉਂ ਬੈਟਰ ਹੈ, ਹਾਲਾਂਕਿ ਸਾਡੇ ਗੌਰਮੈਂਟ ਟੀਚਰਸ ਉਹਨਾਂ ਨਾਲ ਬੈਟਰ ਕੁਆਲੀਫਾਈਡ ਹੈ। ਜੀ ਬਿਲਕੁਲ। ਉਹਦੀ ਇੱਕੋ ਇੱਕ ਐਕਸਪਲੇਨੇਸ਼ਨ ਜੋ ਮੇਰੀ ਸਮਝ ਆਈ ਹੈ, ਉਹਨਾਂ ਦੀ ਸੁਪਰਵੀਜ਼ਨ ਔਰ ਕੰਟਰੋਲ ਬੈਟਰ ਹੈ। ਜੀ, ਇਹ ਸਰਕਾਰੀ ਸਕੂਲਾਂ 'ਚ ਅਸੀਂ ਸੁਪਰਵੀਜ਼ਨ ਔਰ ਕੰਟਰੋਲ ਕਿਸ ਤਰ੍ਹਾਂ ਅਸੀਂ ਬੈਟਰ ਕਰ ਸਕਦੇ ਹਾਂ, ਔਰ ਇਹਦਾ ਵਿਗਿਆਨਕ ਆਧਾਰ ਬਣਾ ਕੇ ਜੇ ਅਸੀਂ ਕਰੀਏ ਤਾਂ ਸ਼ਾਇਦ ਇਹ ਗੱਲ ਬੈਟਰ ਹੋ ਸਕੇ। ਬਿਲਕੁਲ ਠੀਕ। ਜਿਸ ਤਰ੍ਹਾਂ ਪਿਆਰੇ ਦਰਸ਼ਕੋ, ਤੁਸੀਂ ਦੇਖਿਆ ਕਿ ਸਾਡੇ ਜਿਹੜੇ ਸਾਰੇ ਪੈਨਲਿਸਟ ਲਗਭਗ ਇੱਕ ਨੁਕਤੇ ਦਿੱਤਾ ਸਹਿਮਤ ਨੇ ਕਿ ਜਿਹੜਾ ਕੁਛ ਵਿਗਿਆਨਕ ਆਧਾਰ ਹੋਣਾ ਚਾਹੀਦਾ ਅਕਾਊਂਟੇਬਿਲਟੀ ਦਾ, ਜਿਹੜੀ ਜ਼ਿੰਮੇਵਾਰੀ ਨਿਸ਼ਚਿਤ ਕਰਨੀ ਹੈ ਅਧਿਆਪਕਾਂ ਦੀ। ਇਕੱਲਾ ਉਹਨਾਂ ਦਾ ਜਿਹੜਾ ਰਿਜ਼ਲਟ ਨਹੀਂ ਦੇਖ ਕੇ ਉਹਨਾਂ ਨੂੰ ਸਾਇਆ ਜਾਂ ਉਹਨਾਂ ਦੀ ਐਪਰੀਸ਼ੀਏਸ਼ਨ ਹੋਣੀ ਚਾਹੀਦੀ। ਅਤੇ ਉਹ ਕਿਸ ਕਿਸਮ ਦੇ ਜਿਹੜੇ ਵਿਗਿਆਨਕ ਅਧਿਕਾਰ ਹੋਵੇ, ਜਿਵੇਂ ਦੱਸਿਆ ਗਿਆ ਕਿ ਬਾਰਡਰ ਸਟੇਟ ਵਾਲੇ ਅਲੱਗ ਹੋਣ, ਪਿੰਡਾਂ ਦੇ ਸਕੂਲਾਂ ਦੇ, ਸ਼ਹਿਰੀ ਸਕੂਲਾਂ ਦੇ, ਤਾਂ ਬਹੁਤ ਸਾਰੀਆਂ ਗੱਲਾਂ ਜਿੱਥੇ ਸਹੂਲਤਾਂ ਪੂਰੀਆਂ ਨੇ, ਜਿੱਥੇ ਅਧਿਆਪਕ ਪੂਰੇ ਨੇ, ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਹੀ ਜਿਹੜੀ ਹੈ ਅਕਾਊਂਟੇਬਿਲਟੀ ਜਿਹੜੀ ਫਿਕਸ ਕੀਤੀ ਜਾਣੀ ਚਾਹੀਦੀ ਹੈ। ਇਹ ਸਾਰੀਆਂ ਗੱਲਾਂ ਜੇ ਇਹ ਚਰਚਾ ਦੇ ਦੌਰਾਨ ਜੋ ਉੱਭਰ ਕੇ ਆਈਆਂ ਨੇ, ਸਾਨੂੰ ਆਸ ਹੈ ਕਿ ਇਹ ਜਦੋਂ ਵੀ ਹੁਣ ਕੋਈ ਪੋਲਿਸੀ ਬਣੇਗੀ, ਸਰਕਾਰ ਉਹਨਾਂ ਦਾ ਖਿਆਲ ਰੱਖੇਗੀ। ਤੁਸੀਂ ਸਾਡੇ ਸਟੂਡੀਓ 'ਚ ਆਏ, ਪ੍ਰਕਾਸ਼ ਕੌਰ ਜੀ, ਡਾਕਟਰ ਕੇਤ ਸਿੰਘ ਜੀ ਔਰ ਮਨਜੀਤ ਸਿੰਘ ਚਹਿਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਚਰਚਾ 'ਚ ਤੁਸੀਂ ਸ਼ਾਮਿਲ ਹੋਏ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।